ਸਰ ਅੱਜ ਨਵਜੋਤ ਸਿੰਘ ਸਿੱਧੂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ ਤੁਹਾਡੇ ਵੱਲੋਂ ਕੋਈ ਕੁਝ ਆਰਗੂਮੈਂਟਸ ਦਿੱਤੇ ਗਏ ਔਰ ਹਾਈਕੋਰਟ ਨੇ ਹੁਣ ਕੀ ਆਰਡਰ ਕੀਤਾ ਹੈ ਤੁਸੀਂ ਇਹਨੂੰ ਰਾਹਤ ਨਾ ਕਹੋ ਨਵਜੋਤ ਸਿੱਧੂ ਦੀ ਸਿਕਿਉਰਿਟੀ ਪ੍ਰੋਬਲਮ ਨੂੰ ਦੇਖ ਕੇ ਉਹਨੂੰ ਇੰਟੈਲੀਜੈਂਸ ਏਜੰਸੀਜ਼ ਦੀ ਇਨਪੁੱਟ 'ਤੇ ਦੈਟ ਪਲੱਸ ਸਿਕਿਉਰਿਟੀ ਮਿਲੀ ਹੈ ਜਿਹੜਾ ਆਲਮੋਸਟ ਹਾਈਐਸਟ ਲੈਵਲ ਆਫ ਸਿਕਿਉਰਿਟੀ ਹੈ ਉਹ ਜਿਹਨੂੰ ਇਮੀਨੈਂਟ ਡੇਂਜਰ ਹੋਵੇ ਉਸ ਨੂੰ ਮਿਲਦੀ ਹੈ ਔਰ ਉਹਦੀ ਟੈਂਪਰੇਰੀਲੀ ਵਿਦਡਰਾ ਹੋਈ ਸੀ ਡਿਊਰਿੰਗ ਦ ਪੀਰੀਅਡ ਇਜ਼ ਇਨ ਜੇਲ ਨਾਲ ਡੀ ਜੀ ਪੀ ਦਾ ਆਰਡਰ ਵੀ ਹੈ ਕਿ ਅਗਰ ਉਹਨੂੰ ਪੈਰੋਲ ਵੀ ਮਿਲੇ ਤਾਂ ਪੈਰੋਲ 'ਤੇ ਬਾਹਰ ਆਉਂਦੇ ਨੂੰ ਦੈਟ ਪਲੱਸ ਸਿਕਿਉਰਿਟੀ ਦਿੱਤੀ ਜਾਏ ਇਸ 'ਤੇ ਮੈਜਿਸਟਰੇਟ ਇਨਸਿਸਟ ਕਰ ਰਿਹਾ ਸੀ ਲੁਧਿਆਣੇ ਕਿ ਉਹ ਪਰਸਨਲੀ ਅਪੀਅਰ ਹੋਵੇ ਔਰ ਡਿਸਟ੍ਰਿਕਟ ਜੇਲ ਅਥਾਰਟੀਜ਼ ਨੂੰ ਲਿਖ ਰਿਹਾ ਸੀ ਸੈਂਟਰਲ ਜੇਲ੍ਹ ਵਾਲਿਆਂ ਨੂੰ ਕਿ ਤੁਸੀਂ ਪੇਸ਼ ਕਰੋ ਜੇਲ੍ਹ ਸੁਪਰਡੈਂਟ ਇਜ਼ ਇਨ ਨੋ ਪੋਜੀਸ਼ਨ ਟੂ ਪ੍ਰੋਵਾਈਡ ਦੈਟ ਪਲੱਸ ਸਿਕਿਉਰਿਟੀ ਈਵਨ ਐਸ ਐਸ ਪੀ ਕਾਂਟ ਪ੍ਰੋਵਾਈਡ ਇਟ ਇਜ਼ ਓਨਲੀ ਡੀ ਜੀ ਪੀ ਹੂ ਕੈਨ ਪ੍ਰੋਵਾਈਡ ਇਹ ਸਾਰੇ ਆਸਪੈਕਟਸ ਕੋਰਟ ਨੇ ਦੇਖੇ ਔਰ ਸਪੈਸ਼ਲ ਰੂਲਸ ਬਣੇ ਹੈ ਸੁਪਰੀਮ ਕੋਰਟ ਦੇ ਇਨੀਸ਼ੀਏਟਿਵ 'ਤੇ ਵੀਡੀਓ ਕਾਨਫਰੰਸਿੰਗ ਦੇ ਫਾਰ ਰਿਕਾਰਡਿੰਗ ਕੋਰਟ ਪ੍ਰੋਸੀਡਿੰਗਸ ਬੜੇ ਡਿਟੇਲ 'ਚ ਬਣੇ ਹੋਏ ਆ ਉਸ 'ਚ ਐਪਲੀਕੇਸ਼ਨ ਦਿੱਤੀ ਗਈ ਉਹ ਵੀ ਉਹਨਾਂ ਨੇ ਇਹ ਕਹਿ ਕੇ ਰਿਜੈਕਟ ਕਰਤੀ ਇਸ 'ਤੇ ਕੋਰਟ ਨੇ ਇਹਦਾ ਓਵਰਆਲ ਵਿਊ ਲੈ ਕੇ ਕਿਹਾ ਕਿ ਅਜੇ ਪ੍ਰਿਲੀਮਿਨਰੀ ਐਵੀਡੈਂਸ ਹੋਣੀ ਆ ਕੋਈ ਕ੍ਰੋਸ ਐਗਜ਼ਾਮੀਨੇਸ਼ਨ ਨਹੀਂ ਹੋਣਾ ਫਾਈਲਾਂ ਪੁੱਟ ਕਰਨੀਆਂ ਨੇ ਦੇ ਕੈਨ ਬੀ ਕਨਵੀਨੀਅੰਟਲੀ ਡਨ ਥਰੂ ਵੀਡੀਓ ਕਾਨਫਰੰਸਿੰਗ ਅਤੇ ਉਹਨਾਂ ਨੇ ਇਹ ਮੈਜਿਸਟਰੇਟ ਦਾ ਆਰਡਰ ਕੁਐਸ਼ ਕਰਤਾ ਠੀਕ ਹੈ